ਕਰਦੀ ਤੂੰ ਮੇਰੀ ਆ ਰੋਜ਼ ਰੋਜ਼ ਦਾ ਕਲੇਸ਼ ਮੇਰੇ ਤੋਂ ਨਹੀਂ ਚੱਲਿਆ ਜਾਂਦਾ ਉਹ ਕਿਉਂ ਭੌਂਕੇ ਜਾਨੀ ਆ ਸਵੇਰੇ ਸਵੇਰੇ ਤੇਰਾ ਕੇ ਹੱਥ ਬੰਨੇ ਚੁੱਪ ਕਰ ਜਾ ਹੁਣ ਤੂੰ ਮੈਨੂੰ ਚੁੱਪ ਕਰਾਉਣਾ ਫਿਰਦਾ ਨਾ ਤੈਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਉਹਨਾਂ ਕੁੱਤਿਆਂ ਪਿੱਛੇ ਪੂਛ ਲਾਉਂਦਾ ਫਿਰਦਾ ਸੀ ਸੱਚੀ ਮੈਂ ਨਾ ਤੰਗ ਆ ਗਿਆ ਤੇਰੇ ਤੋਂ ਹੁਣ ਨਹੀਂ ਮੁੜਦੇ ਯਾਰ ਭੌਂਕੀ ਜਾ ਜੇ ਅਸਲੀ ਕੁੱਤੀ ਦਾ ਦੁੱਧ ਪੀਤਾ ਨਾ ਤਾਂ ਘਰ ਨਾ ਵੜੀ ਮਰਜੀ ਟਰੱਕ ਥੱਲੇ ਆ ਕੇ ਆਹੋ ਮਰ ਜਾਊਂਗਾ ਪਰ ਤੇਰੇ ਘੋਰਨੇ 'ਚ ਨਹੀਂ ਮੁੜਦਾ ਪਤਾ ਤੈਨੂੰ ਉਦੋਂ ਲੱਗੂ ਜਦੋਂ ਇਹਦੇ ਕਤੂਰਿਆਂ ਦੇ ਸਿਰ ਤੋਂ ਕੁੱਤੇ ਪਿਓ ਦਾ ਸਾਇਆ ਚੱਕਿਆ ਗਿਆ ਆਏ 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 ਓਏ ਘਰੇ ਕੁੱਤੀ ਮੱਚੀ ਜਾਂਦੀ ਆ ਇੱਥੇ ਪੈਰ ਮੱਚੀ ਜਾਂਦੇ ਨੇ ਹਾਏ ਓਏ ਰੱਬਾ ਕੀ ਜੂਰ ਬਣਾਤੀ ਸਾਡੇ ਕੁੱਤਿਆਂ ਦੀ ਨਜ਼ਾਰੇ ਤਾਂ ਬੰਦੇ ਲੈਂਦੇ ਨੇ ਇਹਨਾਂ ਦੀਆਂ ਜਨਾਨੀਆਂ ਕਿੰਨੇ ਪਿਆਰ ਨਾਲ ਰਹਿੰਦੀਆਂ ਨੇ ਇਹਨਾਂ ਨਾਲ ਤੇ ਸਾਡੇ ਵਾਲੀਆਂ ਮਰਜੀ ਟਰੱਕ ਥੱਲੇ ਆ ਕੇ ਓ ਹਾਂ ਸੱਚ ਮੈਂ ਤਾਂ ਮਰਨ ਆਇਆ ਸੀ ਚਲੋ ਥੋੜਾ ਮੂਡ ਫਰੈਸ਼ ਕਰ ਲਈ ਸਵਰਗ ਚ ਗੇੜਾ ਮਾਰ ਆਉਂਦੇ ਆ ਖੁਸ਼ਬੂ ਪਕਵਾਨ ਬਣ ਰਹੇ ਨੇ ਓਏ ਆ ਦੇਖ ਲਓ ਆ ਹੁਣ ਜਿਹੜੀ ਵਿਚਾਰੀ ਪਰੌਂਠੇ ਬਣਾ ਕੇ ਲੈ ਕੇ ਆਈ ਹੈ ਨਾ ਹੁਣ ਇਹਦੇ ਹੱਥਾਂ ਦੇ ਪਰੌਂਠੇ ਖਾ ਲੂਗਾ ਰਾਤ ਨੂੰ ਦਾਰੂ ਪੀ ਕੇ ਇਸੇ ਵਿਚਾਰੀ ਦੀ ਗੁੱਤ ਫੜੂਗਾ ਬੇਬੀ ਆ ਕਰੋ ਨਹੀਂ ਬਸ ਹੋਰ ਨਹੀਂ 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 ਬੇਬੀ ਇਹ ਤਾਂ ਤੁਹਾਨੂੰ ਖਾਣਾ ਹੀ ਪੈਣਾ ਸਹੀ ਕਹਿੰਦੇ ਨੇ 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਬਸ ਖੰਡ ਹੁਣ ਹੋਰ ਨਹੀਂ ਲੰਘਦੇ ਆਲੂ ਨਾ ਹਲਕ ਤੱਕ ਆ ਗਏ ਆਲੂ ਮੇਰੇ ਚ ਤੁੰਨ ਕੇ ਤੁਸੀਂ ਸਮੋਸਾ ਬਣਾਉਣਾ ਐਵੇਂ ਕਿਵੇਂ ਨਹੀਂ ਲੰਘਦੇ ਜਦੋਂ ਤੁਹਾਨੂੰ ਮੈਂ ਕਿਹਾ ਸੀ ਕਿ ਬ੍ਰੇਕਫਾਸਟ ਦੇ ਵਿੱਚ ਮੇਰੇ ਲਈ ਸੈਂਡਵਿਚ ਬਣਾਇਓ ਆ ਪਰੌਂਠੇ ਕਿਉਂ ਬਣਾਏ ਆਓ ਕਹਾਣੀ ਮੈਂ ਟਵਿਸਟ ਖੰਡ ਰਾਤ ਆਲੂ ਬਚ ਗਏ ਸੀ ਨਾ ਮੈਂ ਕਿਹਾ ਬਰਬਾਦ ਕਾਹਨੂੰ ਕਰਨੇ ਆ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਲੋ ਫਲੋ ਚ ਮੈਥੋਂ ਇੰਨੇ ਬਣ ਗਏ ਮਿਸਿਸ ਮੋਹਾਲੀ ਰਹਿ ਚੁੱਕੀ ਆ ਮੈਂ ਦੇਖੋ ਕਿੰਨਾ ਮੇਨਟੇਨ ਕੀਤਾ ਆਪਣੇ ਆਪ ਨੂੰ ਤੇ ਤੁਸੀਂ ਆ ਪਰੌਠੇ ਖਵਾ ਕੇ ਮੈਨੂੰ ਮੋਟੀ ਕਰਨਾ ਚਾਹੁੰਦੇ ਹੋ ਪੈਰੀ ਹੱਥ ਲਾ ਦਿੰਦਾ ਜੀ ਗਲਤੀ ਹੋ ਗਈ ਕੋਈ ਗਲਤੀ ਨਹੀਂ ਜਿਹੜੇ ਹੱਥਾਂ ਨਾਲ ਪਰੌਠੇ ਬਣਾਏ ਆ ਨਾ ਉਹਨਾਂ ਨਾਲ ਹੀ ਖਾਓ ਜੇ ਉਹੀ ਹੱਥ ਜੋੜ ਕੇ ਮਾਫੀ ਮੰਗ ਲਾ ਫੇਰ ਨੋ ਮੈਂ ਫੇਸ ਪੈਕ ਲਾਉਣ ਚੱਲੀ ਆ ਮੇਰੇ ਆਉਂਦਿਆਂ ਨੂੰ ਮੈਨੂੰ ਆ ਪਲੇਟਾਂ ਖਾਲੀ ਚਾਹੀਦੀਆਂ ਨੇ ਨਹੀਂ ਤਾਂ ਅੰਜਾਮ ਤੁਹਾਨੂੰ ਪਤਾ ਹੀ ਆ ਜਾ ਆਪਾਂ ਇੱਕ ਹੋਰ ਕੰਮ ਕਰਦੇ ਆ ਜੇ ਗਊਆਂ ਨੂੰ ਆਪਾਂ ਪਾ ਦਈਏ ਨਾਲੇ ਆਪਾਂ ਨੂੰ ਪੁੰਨ ਲੱਗੂ ਮੇਰਾ ਤਾਂ ਘਰ ਵਾਲਾ ਹੀ ਗਊ ਹੈ ਤੇ ਪਤਾ ਲੱਗੂ ਜਿੱਦੇ ਇਸ ਗਾਂ ਨੇ ਸਿੰਕਾਂ ਤੇ ਚੱਕ ਲਈ ਦਲਜੀਤ ਪਤਾ ਦਲਜੀਤ ਨਹੀਂ ਦਲਜੀਤ ਦੋਸਾਂਝ ਮਾਂ ਤਾਂ ਸਿਰਫ ਭੌਂਕਦੀ ਏ ਇਹ ਮੈਨੂੰ ਲੱਗਦਾ ਵੱਡਿਆ ਵੀ ਕਰੂ ਉਹ ਗੱਲਾਂ ਤੂੰ ਦਲਜੀਤ ਦੋਸਾਂਝ ਦੀਆਂ ਕਰਦਾ ਏਕਾ ਤੂੰ ਪਿੰਦਰ ਖੇੜੀਆਂ ਲਾਈ ਜਾਂਦਾ ਹੈ ਪੁੱਤ ਮੇਰੀ ਹੈਲਪ ਕਰਾ ਦੇ ਕਿਉਂ ਜਦੋਂ ਮੈਂ ਕਿਹਾ ਸੀ ਮੈਂ ਤਾਂ ਹੋਮਵਰਕ ਕਰਾ ਦਾ ਉਦੋਂ ਪੁੱਤ ਮੇਰਾ ਤਾਂ ਆਪਣਾ ਮੈਥ ਵਿਗਾੜ ਰੱਖਿਆ ਤੇਰੀ ਮਾਂ ਨੇ ਨਾਲੇ ਆਪਣਾ ਕੰਮ ਆਪ ਕਰੀਦਾ ਹੁੰਦਾ ਚਲੋ ਸ਼ਾਬਾਸ਼ ਫੇਰ ਕਰੋ ਪੁੱਤ ਤੇਰੇ ਟਿਫਨ ਚ ਪੈਕ ਕਰਦਾ ਪਰੌਂਠੀਆਂ ਨਾਲੇ ਤੇਰੇ ਦੋਸਤ ਖਾ ਲੈਣਗੇ ਹੈਨਾ ਮੰਮਾ ਮਾਂ ਨੂੰ ਕਿਉਂ ਬਾਜਾ ਮਾਰਦਾ ਪੁੱਤ ਮੈਂ ਛੱਡਿਆ ਨਾ ਤੁਸੀਂ ਪੈਕ ਲਾਓ ਮੈਂ ਛੱਡਿਆ ਨਾ ਪੁੱਤ